ਨਿਜ ਘਰ ਮੇਰੋ ਸਾਧ ਸੰਗਤ ਹੈ ਨਾਰਦ ਮੁਨ ਪੜੇ ਨਿਜ ਘਰ ਮੇਰੋ ਸਾਧ ਸੰਗਤ ਨਾਰਦ ਮੁਨ ਦਰਸ਼ਨ ਸਾਧ ਸੰਗਤ ਮੇਰੋ ਨਿਜ ਰੂਪ ਹੈ। ਨਾਰਦ ਮੁਨੀ ਇੱਕ ਵਾਰੀ ਭਗਵਾਨ ਨੂੰ ਲੱਭ ਰਿਹਾ ਸੀ ਔਰ ਸਭ ਤੀਰਥਾਂ ਤੇ ਗਿਆ, ਭਗਵਾਨ ਹੀ ਨਹੀਂ ਮਿਲੇ। ਵੱਡੇ ਵੱਡੇ ਮੰਦਰ ਉੱਥੇ ਵੀ ਗਿਆ, ਭਗਵਾਨ ਹੀ ਨਹੀਂ ਮਿਲੇ। ਗੁਰਬਾਣੀ ਜੋ ਕੁਝ ਹੋਇਆ ਨਾਰਦ ਮੁਨੀ ਨਾਲ ਉਹ ਲਿਖਿਆ। ਨਾਰਦ ਮੁਨੀ ਨੂੰ ਕਿਤੇ ਵੀ ਭਗਵਾਨ ਹੀ ਮਿਲੇ। ਮੰਦਰਾਂ ਵਿੱਚ ਭਗਵਾਨ ਨਹੀਂ ਸੀ, ਤੀਰਥਾਂ ਤੇ ਭਗਵਾਨ ਨਹੀਂ ਸੀ, ਕਿਸੇ ਜਗ੍ਹਾ ਵੀ ਭਗਵਾਨ ਨਹੀਂ ਸੀ। ਨਾਰਦ ਮੁਨੀ ਵਿਰਾਗ ਵਿੱਚ ਹੋ ਗਿਆ, ਵਿਰਾਗ ਵਿੱਚ ਬਹਿ ਕੇ ਕੀਰਤਨ ਕਰਨ ਲੱਗ ਪਿਆ। ਐਸਾ ਕੀਰਤਨ ਕੀਤਾ ਵਿਰਾਗ ਵਿੱਚ, ਜਦ ਅੱਖਾਂ ਖੁੱਲੀਆਂ ਤੇ ਸਾਹਮਣੇ ਭਗਵਾਨ ਬੈਠੇ ਸੀ। ਨਾਰਦ ਮੁਨੀ ਕਹਿੰਦਾ ਜੀ, ਤੁਸੀਂ ਮਿਲੇ ਨਹੀਂ ਕਿਸੇ ਮੰਦਰ ਵਿੱਚ, ਵੱਡੇ ਵੱਡੇ ਮੰਦਰ ਸੀ, ਕਿਸੇ ਤੀਰਥ ਤੇ ਨਹੀਂ ਮਿਲੇ, ਸਾਰੇ ਸੰਸਾਰ 'ਚ ਤੁਸੀਂ ਨਹੀਂ ਲੱਭੇ ਮੈਨੂੰ, ਤੇ ਮੈਨੂੰ ਆਪਦਾ ਟਿਕਾਣਾ ਦੱਸੋ, ਤੁਸੀਂ ਰਹਿੰਦੇ ਕਿੱਥੇ, ਤੁਹਾਡਾ ਅਸਲੀ ਘਰ ਕਿਹੜਾ ਹੈ। ਨਾਰਦ ਮੁਨੀ ਨੇ ਸਵਾਲ ਕੀਤਾ, ਫਿਰ ਬੜੇ ਹੋ ਨਿਜ ਘਰ ਮੇਰੋ ਸਾਧ ਸੰਗਤ ਨਾਰਦ ਮੁਨ। ਹੁਣ ਭਗਵਾਨ ਨੇ ਜਵਾਬ ਦਿੱਤਾ ਹੈ ਕਿ ਜਿਹੜਾ ਅਸਲੀ ਘਰ ਮੇਰਾ ਹੈ ਨਾ, ਉਹ ਸਾਧ ਸੰਗਤ ਦੀ ਆ ਜਿਹੜੀ ਬੈਠੇ ਆਪਾਂ। ਕਹਿੰਦੇ ਮੈਂ ਇੱਥੇ ਮਿਲ ਸਕਦਾ, ਜੇ ਮਿਲਣਾ ਹੋਵੇ ਤਾਂ ਹੋਰ ਮੈਂ ਕਿਸੇ ਤੀਰਥ ਤੇ, ਕਿਸੇ ਪੰਡਿਤ ਕੋਲ, ਕਿਸੇ ਪੁਜਾਰੀ ਕੋਲ, ਇਹ ਵੀ ਸਾਡੇ ਸਿੱਖਾਂ ਦੇ ਆ ਵੱਡੇ ਵੱਡੇ ਗ੍ਰੰਥੀ ਪਾਠੀ, ਬੜੇ ਵੱਡੇ ਵੱਡੇ ਪ੍ਰਬੰਧਕ, ਉਹਨਾਂ ਦੀ ਡਿਊਟੀ ਪ੍ਰਬੰਧ ਦੀ ਸੇਵਾ ਲਈ, ਉਹਨਾਂ ਦਾ ਭਗਤੀ ਵਾਲਾ ਪਾਸਾ ਨਹੀਂ, ਉਹ ਸੇਵਾ ਸੰਭਾਲ ਕਰਦੇ, ਪੁੰਨ ਬਣਾਉਂਦੇ ਆ, ਕਮਾਈ ਕਰਦੇ ਆ, ਪਾਪ ਸਾੜਦੇ ਆ, ਉਹਨਾਂ ਨੂੰ ਬਹਾਨੇ ਨਾਲ ਗੁਰੂ ਜੀ ਦੀ ਸੰਗਤ ਮਿਲੀ। ਅਸਲੀ ਭਗਵਾਨ ਕਹਿੰਦੇ ਉੱਥੇ ਨੇ ਜਿੱਥੇ ਸਾਧ ਸੰਗਤ ਹੁੰਦੀ, ਨਾਮ ਜਪਿਆ ਜਾਂਦਾ। ਮਨ ਜੋੜੋ ਗੁਰੂ ਨਾਨਕ ਦੇ ਚਰਨਾਂ ਨਾਲ, ਤੇ ਗੁਰੂ ਨਾਨਕ ਮਹਾਰਾਜ ਨੂੰ ਪੁੱਛੋ ਤੁਸੀਂ ਕਿੱਥੇ ਜੇ। ਉਹ ਕਹਿੰਦੇ ਮੈਨੂੰ ਲੱਗਦਾ ਹੈ ਕਿ ਜਿੱਥੇ ਕੀਰਤਨ ਹੋ ਰਿਹਾ ਹੈ, ਸੰਗਤ ਬੈਠੀ ਹੋਈ ਹੈ, ਸਾਧੂ ਸੰਤ ਮਹਾਂਪੁਰਸ਼ ਨਾਮ ਜਪਦੇ ਆ, ਇੱਥੇ ਗੁਰੂ ਨਾਨਕ ਵੀ ਬੈਠੇ ਹੋਏ ਆ। ਮੇਰਾ ਮਨ ਕਹਿੰਦਾ ਹੈ ਗੁਰੂ ਨਾਨਕ ਸਾਹਿਬ ਹੈਗੇ ਆ। ਫਿਰ ਪੜ੍ਹੇ ਹੋ ਨਿਜ ਘਰ ਮੇਰੋ ਸਾਧ ਸੰਗਤ ਨਾਰਦ ਮੁਨ। ਮੇਰਾ ਅਸਲੀ ਘਰ ਸਾਧ ਸੰਗਤ ਹੈ। ਸਾਧ ਸੰਗਤ ਬੰਦਿਆਂ ਦੀ ਨਹੀਂ, ਦਸ ਬੰਦਿਆਂ ਦੀ ਨਹੀਂ, ਵੀਹ ਬੰਦਿਆਂ ਦੀ ਨਹੀਂ, ਪਾਠੀਆਂ ਦੀ ਨਹੀਂ। ਸਾਧ ਸੰਗਤ ਜੇ ਵਿੱਚ ਕੋਈ ਸਾਧੂ ਹੋਵੇ,
ਤੇ ਨਾਲ ਸੰਗਤ ਹੋਵੇ, ਸਾਧ ਹੋਵੇ ਤੇ ਸੰਗਤ ਹੋਵੇ, ਫਿਰ ਉਹ ਸਾਧ ਸੰਗਤ ਇਕੱਠ ਨਹੀਂ ਬਣਦੀ। 20 ਬੰਦੇ 40 ਬੰਦੇ ਸਾਧ ਸੰਗਤ ਸਾਧੂ ਨਾਲ ਬਣਦੀ। ਹੋਰ ਬਿਨਾਂ ਕੈਸੇ ਸਵਾਰ, ਸਾਧੂ ਬਿਨ ਨਹੀਂ ਦਰਬਾਰ। ਕੋਈ ਕਮਾਈ ਵਾਲਾ ਨਾਮ ਜਪਣ ਵਾਲਾ ਹੋਏਗਾ ਤੇ ਸਾਧ ਸੰਗਤ ਬਣੇਗੀ। ਜਿੱਥੇ ਕੋਈ ਜੁੜਿਆ ਬੈਠਾ ਹੋਊਗਾ, ਰੱਬ ਨਾਲ ਜਿਹੜਾ ਜੁੜਿਆ ਹੋਵੇ, ਜਿਹਨੇ ਬੰਦਗੀ ਕੀਤੀ ਹੋਵੇ, ਜਿਹਦਾ ਮਨ ਸਾਧਿਆ ਹੋਵੇ, ਜਿਹਨੇ ਸਾਧਨਾ ਕੀਤੀ ਹੋਵੇ, ਉਸਨੂੰ ਸਾਧ ਕਹਿੰਦੇ ਆ। ਸਾਧਨਾ ਸਾਧ ਸਾਧ ਕੇ ਸਾਧ ਬਣਦੇ ਆ। ਬੰਦਿਆਂ ਦਾ ਕੱਟ ਨਹੀਂ ਸਨ ਸਾਧ ਸੰਗਤ, ਉਹਦਾ ਭੋਗ ਵਿਆਹ ਲੰਗਰ ਛੱਕ ਕੇ ਤੁਰ ਜਾਣਾ। ਕਮਾਈ ਵਿੱਚ ਕਮਾਈ ਵਾਲਾ ਕੋਈ ਵੀ ਨਹੀਂ, ਇੱਕ ਵੀ ਕਮਾਈ ਵਾਲਾ ਹੋਏਗਾ ਤੇ ਸਾਰੀ ਸਾਧ ਸੰਗਤ ਦਾ ਬੇੜਾ ਪਾਰ ਹੋ ਜਾਏਗਾ। ਜੇ ਇੱਕ ਵੀ ਕਮਾਈ ਵਾਲਾ ਨਹੀਂ ਤੇ ਫਿਰ ਮੁਸ਼ਕਲ ਹੈ। ਸਾਧੂ ਦੇ ਨਾਲ ਸਾਧ ਸੰਗਤ ਬਣਦੀ। ਨਿਜੀ ਕਾਰਨ ਇਹ ਸਾਧ ਸੰਗਤ ਨਾਲ ਬਣ। ਅੱਗੇ ਦਰਸ਼ਨ ਸਾਧ ਸੰਗ ਮੇਰੋ ਮਿਨ ਰੂਪ ਹੈ। ਜਿਹੜੇ ਉਹ ਦਰਸ਼ਨ ਕਰਨੇ ਆ ਨਾ ਸਾਧੂ ਸੰਗਤ ਦੇ, ਉਹ ਮੇਰੇ ਦਰਸ਼ਨ ਹੈ, ਮੇਰਾ ਰੂਪ ਹੈ। ਜਿਹੜੇ ਮੇਰੇ ਨਾਮ ਨਾਲ ਜੁੜੇ ਆ, ਮੇਰੇ ਦੀ ਬੰਦਗੀ ਕਰਦੇ ਆ, ਉਹ ਮੇਰਾ ਹੀ ਰੂਪ ਨਹੀਂ, ਉਹ ਕੋਈ ਦੂਸਰਾ ਰੂਪ ਨਹੀਂ।